तो मूल बुनियाद ऐसे भी कुछ महापुरुषां दे मंत्र होंदे ने। मंत्र कहिंदे ने बोल नूं, पंजाबी च असीं कहिंदे आ वाक। बोलना संस्कृत विच कहिंदे ने मंत्र। फलाने दा मंत्र है, मंत्र दे अखरी अर्थ ही ने फलाने दा बोल है, और मंत्र दे अर्थ नहीं ने कुछ। गुरु मंत्र, गुरु दा बोल, गुरु दा वाक, गुरु दी आवाज, अर्थ यही बनते ने मंत्र दे। चूंकि भारत दी प्राचीन भाषा ते पुराने सारे धर्म ग्रंथां दी भाषा संस्कृत रही है, ते संस्कृत दे च बोल नूं कहिंदे ने मंत्र। फलाने दे मंत्र ने, भाव फलाने दे बोल ने। मनुख करीबन करीबन 90% अपने बोलां राहीं प्रगट होंदा है, 10% बाकी विवहार नाल। तुसी किसे दी अखां वेख के, कन वेख के, नक वेख के, हाथ पैर वेख के कुछ अंदाजा नहीं ला सकते कि ए की है, ए मनुख की है। किस तरह अंदाजा लाओगे? मनुख नूं नापण ते तोलण दा ढंग है उसकी गुफ्तगू, उसके बोल। कुछ धार्मिक विद्वान तो ऐसा कहने 99% मनुख अपने बोलां राही प्रगट होंदा है, लेकिन बहुगिणती दे विचारक कहने 90% मनुख अपने बोलां राही प्रगट होंदा है, बाकी 10% उहदे नैन वेख के, उहदा मत्था वेख के, उहदा चेहरा वेख के अंदाजे लगदे ने। हर मनुख ला नहीं सकदा अंदाजा, लेकिन बोल अगर उसे दी भाषा दे जो स्रोता समझदा है, जानदा है, आख्या जाए तो मनुख 90% अपने बोलां राहीं प्रगट आउंदा है, या इंज कह लईए 99% प्रगट आउंदा है। धन गुरु नानक देव जी महाराज दे ते कथन अनुसार परमात्मा 100% शब्द राहीं प्रगट आउंदा है, बोल राहीं प्रगट आउंदा है। उंज नहीं, कुछ नहीं पता चलेगा वो की है, कुछ भी नहीं पता चलेगा। ईश्वर वेखण दा विशा नहीं, ईश्वर सूंघण दा विशा नहीं, और ईश्वर स्पर्श करण दा विशा नहीं। इसनू गुरु नानक देव जी कहिंदे ने सिर्फ सुनना, सुन के ही पता चलेगा वो की है। तो किस तो सुनीए ते की सुनीए? उसे दे बोल सुनीए, परमात्मा दे बोल सुनीए। तो परमात्मा दे बोल की ने? असी अवतारी पुरुष, पैगंबरी पुरुष उन्हां नूं आख्या है जिन्हां ने ऐलानिया किया कि असी जो कुछ कह रहे हैं ये बोल साडे नहीं ने, प्रभु दे ने, परमात्मा दे ने। असी सुने ने, सानू प्रभु ने सुनाए ने, और इस वास्ते सुनाए ने जगत नूं सुनावा। जैसे कलगीधर पिता कहिंदे ने जो निज प्रभ मो सो कहा, सो कहो जग माए। जो कुछ मैनू प्रभु ने कहा है जगत नूं कह रहे हैं, मेरे अपने बोल नहीं ने।
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇੱਥੇ ਤੱਕ ਫਰਮਾਨ ਕਰਦੇ ਨਾ ਹੋ ਆਪੋ ਬੋਲ ਨਾ ਜਾਣਦਾ ਕਿਹਾ ਸਭ ਹੁਕਮਾਓ ਜੀ ਮੈਨੂੰ ਤੇ ਬੋਲਣਾ ਆਉਂਦਾ ਹੀ ਨਹੀਂ ਮੈਂ ਤੇ ਕਹਿ ਹੀ ਨਹੀਂ ਸਕਦਾ ਭਾਵ ਸਤਿਗੁਰੂ ਇਹ ਕਹਿ ਰਹੇ ਨੇ ਮੈਂ ਵੱਧ ਤੋਂ ਵੱਧ ਬੋਲਾਂਗਾ ਆਪਣੇ ਆਪ ਨੂੰ ਪ੍ਰਗਟ ਕਰਾਂਗਾ ਆਪਣੇ ਬੋਲਾਂ ਦੇ ਰਾਹੀਂ ਆਪਣੇ ਸੁਭਾਅ ਨੂੰ ਪ੍ਰਗਟ ਕਰਾਂਗਾ ਪਰ ਸੁਭਾਅ ਪਰਮਾਤਮਾ ਕੀ ਹੈ ਪਰਮਾਤਮਾ ਪ੍ਰਗਟ ਹੋ ਸਕਦਾ ਹੈ ਪਰਮਾਤਮਾ ਦੇ ਬੋਲਾਂ ਰਾਹੀਂ ਈਸ਼ਵਰ ਪ੍ਰਗਟ ਹੋ ਸਕਦਾ ਹੈ ਆਪਣੇ ਬੋਲਾਂ ਰਾਹੀਂ ਇਸਦਾ ਮਤਲਬ ਰੱਬ ਬੋਲਦਾ ਹੈ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਠਾਕਰ ਹਮਰਾ ਸਦ ਬੋਲੰਤਾ ਸਦ ਤੋਂ ਮੁਰਾਦ ਹਰ ਵਕਤ ਬੋਲ ਰਿਹਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੂੰ ਕਿਧਰੇ ਕਵੀ ਦੀ ਕਲਪਨਾ ਨਾ ਸਮਝ ਲੈਣਾ ਬਸ ਇਤਨੀ ਗੱਲ ਹੈ ਸਮਝਿਆ ਇਹ ਕਲਪਨਾ ਮਾਤਰ ਕੁਛ ਨਹੀਂ ਪੱਲੇ ਪਏਗਾ ਜ਼ਿੰਦਗੀ 'ਚ ਕੋਈ ਤਬਦੀਲੀ ਨਹੀਂ ਆਉਣੀ ਇਸ ਵਾਸਤੇ ਕਹਿੰਦੇ ਨੇ ਜਦ ਪਰਮ ਪੁਰਖ ਦਾ ਕਲਾਮ ਸੁਣਨਾ ਹੈ ਤੇ ਅੰਦਰ ਭਾਵ ਇਤਨਾ ਹੋਵੇ ਸਤ ਬਚਨ ਭਾਵ ਇਹ ਬੋਲ ਸੱਚ ਹੈ ਤੇ ਸੱਚ ਮੰਨਣ ਲਈ ਹੈ ਸੱਚ ਕਬੂਲ ਕਰਨ ਲਈ ਹੈ ਮਹਾਰਾਜ ਕਹਿੰਦੇ ਨੇ ਮੈਨੂੰ ਬੋਲਣਾ ਹੀ ਨਹੀਂ ਆਉਂਦਾ ਆਪੋ ਬੋਲ ਨਾ ਜਾਣਦਾ ਫਿਰ ਤੁਸੀਂ ਇਤਨਾ ਬੋਲੇ ਇਤਨਾ ਆਖਿਆ ਇਹ ਕੀ ਹੈ ਜੇ ਤੁਸੀਂ ਕਹਿੰਦੇ ਮੈਨੂੰ ਬੋਲਣਾ ਨਹੀਂ ਆਉਂਦਾ ਆਪੋ ਬੋਲ ਨਾ ਜਾਣਦਾ ਆਪਾ ਮੈਂ ਇਸੇ ਬੋਲ ਨਹੀਂ ਜਾਣਦਾ ਜਿਹਦੇ ਚ ਮੇਰਾ ਆਪਾ ਪ੍ਰਗਟ ਹੋਵੇ ਮੇਰੇ ਕੋਲ ਐਸੇ ਬੋਲ ਨਹੀਂ ਨੇ ਜੋ ਕੁਛ ਆਖਿਆ ਬੋਲ ਹੀ ਮੇਰੇ ਨਹੀਂ ਨੇ ਉਹ ਕਿਹਾ ਸਭ ਹੁਕਮ ਆਓ ਜੀਓ ਜੈਸੇ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ ਜੈਸੇ ਮਨੁੱਖ ਪ੍ਰਗਟ ਹੈ ਆਪਣੇ ਬੋਲ ਰਾਹੀਂ ਬੋਲਤ ਹੀ ਪਹਿਚਾਨੀ ਹੈ ਸਾਧ ਅਸਾਧ ਕੋ ਥਾਟ ਅੰਤਰ ਕੀ ਕਰਨੀ ਸਵੇ ਨਿਕਸੇ ਮੁਖ ਕੀ ਬਾਟ ਦਸ ਵੀਹ ਦਿਨ ਕਿਸੇ ਦੀ ਸੰਗਤ ਕਰੋ ਉਹਦੀ ਗੁਫ਼ਤਗੂ ਉਹਦੇ ਬੋਲ ਚਾਲ ਵਿੱਚ ਉਹ ਸਾਰੇ ਦਾ ਸਾਰਾ ਪ੍ਰਗਟ ਹੋ ਜਾਏਗਾ ਨਹੀਂ ਛੁਪ ਕੇ ਰਹਿ ਸਕਦਾ ਪੱਕੀ ਗੱਲ ਦੱਸਾਂ ਉਹਦੀ ਅੱਖਾਂ ਨੂੰ ਵੇਖ ਕੇ ਕੁਛ ਨਹੀਂ ਪਤਾ ਚੱਲੇਗਾ ਕੀ ਹੈ ਉਹਦਾ ਨੱਕ ਵੇਖ ਕੇ ਕੁਛ ਨਹੀਂ ਪਤਾ ਚੱਲੇਗਾ ਕੀ ਹੈ ਉਹਦਾ ਮੂੰਹ ਮੱਥਾ ਵੇਖ ਕੇ ਕੁਛ ਨਹੀਂ ਪਤਾ ਚੱਲੇਗਾ ਕੀ ਹੈ ਵੱਧ ਤੋਂ ਵੱਧ ਇਤਨੇ ਅੰਦਾਜ਼ੇ ਲੱਗ ਸਕਦੇ ਨੇ ਕਿ ਚਿਹਰਾ ਖੂਬਸੂਰਤ ਹੈ ਬਦਸੂਰਤ ਹੈ ਦਰਮਿਆਨ ਹੈ ਬਸ ਇੰਨਾ ਕਹਿ ਦਿਆਂਗੇ ਔਰ ਕੀ ਹੈ ਚਿਹਰਾ ਪ੍ਰਭਾਵਸ਼ਾਲੀ ਹੈ ਆਕਰਸ਼ਣ ਰੱਖਦਾ ਹੈ ਇਸ ਤਰ੍ਹਾਂ ਦੀਆਂ ਕੁਛ ਗੱਲਾਂ ਕਰ ਰਹੇ ਅਗਰ ਇਸ ਹਿਸਾਬ ਨਾਲ ਵੀ ਚਿਹਰਾ ਕਰੂਪ ਹੈ ਤਾਂ ਵਾਕਈ ਇਹ ਮਨੁੱਖ ਠੀਕ ਨਹੀਂ ਹੋਵੇਗਾ ਤਾਂ ਦੁਨੀਆਂ ਦੇ ਬੇਸ਼ਤਰ ਸੰਤ ਮਹਾਂਪੁਰਸ਼ ਉਹਨਾਂ ਨੂੰ ਧਾਰਮਿਕ ਦੁਨੀਆਂ 'ਚੋਂ ਇੱਕ ਪਾਸੇ ਕਰਨਾ ਪਏਗਾ ਭਾਰਤ ਦਾ ਪ੍ਰਾਚੀਨ ਸੰਤ ਰਿਸ਼ਵੇਦ ਵਿਆਸ ਜਿਹਨੇ ਚਾਰ ਵੇਦ ਲਿਖੇ ਛੇ ਸ਼ਾਸਤਰਾਂ ਦੇ 'ਚੋਂ ਵੇਦਾਂਤ ਸ਼ਾਸਤਰ ਦਾ ਰਚੇਤਾ ਵਿਆਸ ਹੈ ਭਵਿਸ਼ ਪੁਰਾਣ ਲਿਖਿਆ ਗੀਤਾ ਲਿਖੀ ਮਹਾਂਭਾਰਤ ਲਿਖਿਆ ਔਰ ਪੰਜਾਬ ਦਾ ਵਗਦਾ ਹੋਇਆ ਦਰਿਆ ਇੱਕ ਇਸੇ ਰਿਸ਼ੀ ਦੇ ਨਾਂ ਤੇ ਹੈ ਬਿਆਸ ਇਸੇ ਦੇ ਕੰਡੇ ਬੈਠ ਕੇ ਇਸਨੇ ਲਿਖੇ ਉਸ ਜ਼ਮਾਨੇ ਦਾ ਸਭ ਤੋਂ ਕਰੂਪ ਬੰਦਾ ਉਸ ਜ਼ਮਾਨੇ ਦਾ ਅਗਰ ਇਸਦੇ ਚਿਹਰੇ ਤੋਂ ਅੰਦਾਜ਼ਾ ਲਗਾਈਏ ਤੇ ਕੁਛ ਵੀ ਨਹੀਂ ਪਰ ਇਹਦੇ ਬੋਲਾਂ ਨੂੰ ਸੁਣੀਏ ਤੇ ਬੜੀ ਗੱਲ ਬੜੀ ਗੱਲ
ਹੈਰਾਨਗੀ ਆਉਂਦੀ ਹੈ। ਇਸ ਕਰੂਪ ਤਨ ਦੇ ਚੋਂ, ਇਸ ਕਰੂਪ ਮੂੰਹ ਮੱਥੇ ਦੇ ਚੋਂ ਇਤਨਾ ਸਵਪਨ ਨਿਕਲਿਆ, ਇਤਨੀ ਸੁੰਦਰਤਾ ਨਿਕਲੀ ਹੈ, ਇਤਨਾ ਜਮਾਲ ਨਿਕਲਿਆ, ਇਤਨਾ ਕਮਾਲ ਨਿਕਲਿਆ। ਕਹਿੰਦੇ ਨੇ ਜਨਕ ਦਾ ਗੁਰੂ ਅਸ਼ਟਾਵਕਰ ਆਪਣੇ ਜ਼ਮਾਨੇ ਦਾ ਸਭ ਤੋਂ ਕਰੂਪ ਬੰਦਾ। ਅਗਰ ਬਾਹਰੋਂ ਹੀ ਅੰਦਾਜ਼ਾ ਲੈਣਾ ਹੈ ਤਾਂ ਕਹਿ ਸਕਦੇ ਹਾਂ, ਤੇ ਕੁਛ ਵੀ ਨਹੀਂ। ਹਾਂ, ਬੱਚੇ ਅੰਦਾਜ਼ਾ ਲਾ ਸਕਦੇ ਨੇ। ਕਹਿੰਦੇ ਨੇ ਅਸ਼ਟਾਵਕਰ ਬਾਹਰ ਨਿਕਲਦਾ ਸੀ, ਬੱਚੇ ਪੱਥਰ ਮਾਰਦੇ ਸਨ ਉਸ ਨੂੰ, ਬੱਚੇ ਪਾਗਲ ਪਾਗਲ ਕਰਕੇ ਕਹਿੰਦੇ ਸਨ। ਲੱਤਾਂ ਟੇੜੀਆਂ, ਬਾਹਾਂ ਟੇੜੀਆਂ, ਗਰਦਨ ਟੇੜੀ, ਕਮਰ ਟੇੜੀ, ਹਰ ਅੰਗ ਟੇੜਾ, ਅਸ਼ਟਵਾਕਰ ਅੱਠਾਂ ਥਾਵਾਂ ਤੋਂ ਟੇੜਾ ਸੀ। ਯਕੀਨ ਜਾਣੋ, ਮਨੁੱਖ ਨਾ ਆਪਣੀ ਨੱਕ ਰਾਹੀਂ ਪ੍ਰਗਟ ਆਉਂਦਾ, ਨਾ ਆਪਣੇ ਅੱਖਾਂ ਰਾਹੀਂ ਪ੍ਰਗਟ ਆਉਂਦਾ, ਨਾ ਆਪਣੀ ਨੇਤਰਾਂ ਰਾਹੀਂ ਪ੍ਰਗਟ ਆਉਂਦਾ, ਨਾ ਹੱਥ ਪੈਰਾਂ ਰਾਹੀਂ। ਮਨੁੱਖ ਦਾ ਅੰਤਿਸ਼ਕਰਨ ਪ੍ਰਗਟ ਆਉਂਦਾ ਉਸਦੇ ਬੋਲਾਂ ਤੋਂ। ਬੋਲਤ ਹੀ ਪਹਿਚਾਨੀ ਹੈ, ਸਾਧ ਅਸਾਧ ਕੋ ਥਾਤ। ਇਹਨਾਂ ਬੋਲਾਂ ਵਿੱਚ ਦੁੱਖ ਹੈ, ਇਹਨਾਂ ਬੋਲਾਂ ਵਿੱਚ ਪ੍ਰਸੰਨਤਾ ਹੈ, ਇਹਨਾਂ ਬੋਲਾਂ ਵਿੱਚ ਮੂਰਖਤਾ ਹੈ, ਇਹਨਾਂ ਬੋਲਾਂ ਵਿੱਚ ਗਿਆਨ ਹੈ, ਇਹਨਾਂ ਬੋਲਾਂ ਵਿੱਚ ਨਫ਼ਰਤ ਹੈ, ਇਹਨਾਂ ਬੋਲਾਂ ਵਿੱਚ ਪ੍ਰੇਮ ਹੈ, ਇਸ ਬੋਲ ਵਿੱਚ ਵਿਤਕਰਾ ਹੈ, ਇਸ ਬੋਲ ਵਿੱਚ ਸਮਦ੍ਰਿਸ਼ਟੀ ਹੈ। ਬੋਲ ਬਹੁਤ ਕੁਛ ਦੱਸਦੇ ਨੇ, ਬੋਲਾਂ ਤੋਂ ਬਹੁਤ ਕੁਛ ਪਤਾ ਚੱਲਦਾ ਹੈ। ਮਨੁੱਖ 99 ਸਦੀ ਸਹਿਮਤ ਆ ਮੈਂ ਪ੍ਰਾਚੀਨ ਸਨਾਤਨੀ ਰਿਸ਼ੀਆਂ ਨਾਲ ਕਿ 99 ਸਦੀ ਮਨੁੱਖ ਆਪਣੇ ਬੋਲਾਂ ਰਾਹੀਂ ਪ੍ਰਗਟ ਹੈ। ਅੱਜ ਦੇ ਆਚਾਰੀਆ ਕਹਿੰਦੇ ਨੇ ਘੱਟ ਤੋਂ ਘੱਟ 90 ਫੀਸਦੀ ਮਨੁੱਖ ਆਪਣੇ ਬੋਲਾਂ ਰਾਹੀਂ ਪ੍ਰਗਟ ਆਉਂਦਾ ਹੈ, 10 ਫੀਸਦੀ ਬਾਕੀ ਅੰਦਾਜ਼ਾ ਕੋਈ ਸਿਆਣੇ ਲਾ ਸਕਦੇ ਨੇ, ਕੋਈ ਵਿਰਲੇ। ਨੇਤਰ ਵੇਖ ਕੇ, ਇਸਦੇ ਮਸਤਕ ਦੇ ਹਾਵ ਭਾਵ ਵੇਖ ਕੇ, ਪਰ ਇਹ ਹਰ ਬੰਦੇ ਦੀ ਖੇਡ ਨਹੀਂ ਆਉਂਦੀ। ਜੈਸੇ ਹਰ ਮਨੁੱਖ ਸਾਇੰਟਿਸਟ ਨਹੀਂ ਆਉਂਦਾ ਤੇ ਪਦਾਰਥ ਦੇ ਗਹਿਰੇ ਤਲ ਦੇ ਚ ਨਹੀਂ ਜਾਂਦਾ, ਹਰ ਮਨੁੱਖ ਕੋਈ ਸੰਗੀਤਕਾਰ ਵੀ ਨਹੀਂ ਹੈ ਕਿ ਸੁਰਾਂ ਦੀ ਗਹਿਰਾਈ ਚਲਾ ਜਾਏ। ਹਰ ਮਨੁੱਖ ਚਿੱਤਰਕਾਰ ਵੀ ਨਹੀਂ ਆਉਂਦਾ ਕਿ ਰੰਗਾਂ ਦੀ ਬਰੀਕੀ ਨੂੰ ਸਮਝ ਜਾਏ। ਯਕੀਨ ਜਾਣੋ, ਇੱਕ ਦਰਖਤ ਸਾਨੂੰ ਹਰਾ ਦਿਖਾਈ ਦਿੰਦਾ ਹੈ, ਪਰ ਇੱਕ ਚਿੱਤਰਕਾਰ ਨੂੰ ਉਸੇ ਇੱਕ ਦਰਖਤ ਵਿੱਚ ਪਤਾ ਨਹੀਂ ਕਿਤਨੇ ਰੰਗ ਦਿਖਾਈ ਦੇ ਰਹੇ ਨੇ। ਉਂਝ ਮੈਨੂੰ ਨਹੀਂ ਪਤਾ ਚੱਲਣਾ ਸੀ, ਇੱਕ ਕਵੀ ਹੈ ਅਕਸਰ ਦਾਸ ਦੇ ਨਾਲ ਇੰਡੀਆ ਵਿੱਚ ਭਰਮਣ ਕਰਦਾ, ਕਵੀ ਰੋਸ਼ਨ ਕਰਕੇ, ਪਿਆਰਾ ਸਿੰਘ ਰੋਸ਼ਨ, ਔਰ ਚਿੱਤਰਕਾਰ ਵੀ ਬੜਾ ਗਜ਼ਬ ਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਜੀ ਦੀਆਂ, ਹੋਰ ਧਾਰਮਿਕ ਅਸਥਾਨਾਂ ਦੀਆਂ ਬੜੀਆਂ ਸੋਹਣੀਆਂ ਸੋਹਣੀਆਂ ਤਸਵੀਰਾਂ ਬਣਾਈਆਂ ਨੇ। ਇੱਕ ਦਿਨ ਸ਼ੌਕੀਆ ਤੌਰ ਤੇ ਕਿਧਰੇ ਮੇਰੀ ਤਸਵੀਰ ਬਣਾ ਕੇ ਲਿਆ, ਮੈਂ ਕਿ ਤੂੰ ਤੇ ਬੜਾ ਬਾਕਮਾਲ ਆਰਟਿਸਟ ਹੈ। ਅਲਵਰ ਦੇ ਪਹਾੜ ਦੇ ਕੋਲ ਇੱਕ ਦਰਖਤ ਉਸਨੂੰ ਪਸੰਦ ਆ ਗਿਆ, ਕਹਿੰਦਾ ਮੈਂ ਇਹਦੀ ਤਸਵੀਰ ਬਣਾਉਣੀ ਹੈ। ਮੈਂ ਕਿਹਾ ਠੀਕ ਹੈ, ਬਣਾ। ਕਹਿੰਦਾ ਇੱਥੋਂ ਰੰਗ ਮਿਲ ਜਾਣਗੇ, ਮੈਂ ਰੰਗ ਨਹੀਂ ਲਿਆਇਆ ਅੰਮ੍ਰਿਤਸਰ ਤੋਂ। ਮੈਂ ਕਿਹਾ ਰੰਗ ਤੈਨੂੰ ਲੈ ਦੇਣੇ ਆ, ਹਰਾ ਰੰਗ ਤੈਨੂੰ ਚਾਹੀਦਾ ਹੋਣਾ। ਕਹਿੰਦਾ ਨਹੀਂ ਗਿਆ ਨਹੀਂ ਜੀ, 10-15 ਰੰਗ ਚਾਹੀਦੇ ਨੇ। ਮੈਂ ਕਿਹਾ ਦਰਖਤ ਹਰਾ ਹੈ, ਤੇ ਦਰਖਤ ਦੀ ਤਸਵੀਰ ਬਣਾਉਣੀ ਹੈ ਇਹਨਾਂ ਤੋਂ, ਦਰਖਤ ਦਾ ਚਿੱਤਰ ਬਣਾਉਣਾ। ਕਹਿੰਦਾ ਨਹੀਂ, ਦਰਖਤ ਵਿੱਚ ਸੈਂਕੜੇ ਰੰਗ ਨੇ, ਸੈਂਕੜੇ ਰੰਗ ਨੇ।
ਮੈਂ ਹੈਰਾਨ ਹੋਇਆ, ਦਰਖਤ ਦੇ ਸੈਂਕੜੇ ਰੰਗ, ਸਾਰੇ ਪੱਤੇ ਹਰੇ ਨੇ, ਸਾਰੇ ਤਾਂ ਹਰਾ ਹੀ ਹੈ। ਕਹਿੰਦਾ ਨਹੀਂ, ਇਹਨਾਂ ਹਰੇ ਪੱਤਿਆਂ ਵਿੱਚ ਵੀ ਸੈਂਕੜੇ ਤਰ੍ਹਾਂ ਦਾ ਹਰਾ ਰੰਗ ਹੈ, ਮੈਨੂੰ ਦੇਣੇ ਪੈਣਗੇ, ਇੱਕ ਰੰਗ ਨਾਲ ਗੱਲ ਨਹੀਂ ਬਣੇਗੀ। ਤੂੰ ਇੱਕ ਚਿੱਤਰਕਾਰ ਜਿਤਨਾ ਰੰਗਾਂ ਦੀ ਗਹਿਰਾਈ 'ਚ ਜਾਂਦਾ ਹੈ, ਆਮ ਮਨੁੱਖ ਨਹੀਂ ਜਾ ਸਕਦਾ। ਆਮ ਮਨੁੱਖ ਨੇ ਤਾਂ ਦਿਸੇਗਾ ਦਰਖਤ ਹਰਾ ਹੈ, ਪਰ ਯਕੀਨ ਜਾਣੋ ਕਿਤੇ ਗਹਿਰਾ ਹਰਾ ਹੈ, ਕਿਧਰੇ ਫਿੱਕਾ ਹਰਾ ਹੈ, ਕਿਧਰੇ ਕੁਛ ਥੋੜ੍ਹਾ ਜਿਹਾ ਜ਼ਰਦੀ ਮਾਇਲ ਹੈ। ਇਹ ਬਹੁਤ ਸਾਰੇ ਰੰਗ ਇੱਕੋ ਹੀ ਦਰਖਤ ਵਿੱਚ ਇੱਕ ਚਿੱਤਰਕਾਰ ਨੂੰ ਦਿਖਾਈ ਦੇ ਸਕਦੇ ਨੇ, ਦੂਸਰੇ ਨੂੰ ਨਹੀਂ। ਤੂੰ ਜੈਸੇ ਹਰ ਮਨੁੱਖ ਕੋਈ ਚਿੱਤਰਕਾਰ ਨਹੀਂ ਆਉਂਦਾ, ਹਰ ਮਨੁੱਖ ਸੰਤਰਾਸ਼ ਨਹੀਂ ਆਉਂਦਾ, ਹਰ ਮਨੁੱਖ ਸੰਗੀਤਕਾਰ ਨਹੀਂ ਆਉਂਦਾ, ਹਰ ਮਨੁੱਖ ਦਾਰਸ਼ਨਿਕ ਨਹੀਂ ਆਉਂਦਾ, ਹਰ ਮਨੁੱਖ ਸਾਇੰਟਿਸਟ ਨਹੀਂ ਆਉਂਦਾ, ਹਰ ਮਨੁੱਖ ਮਨੁੱਖ ਦਾ ਸਿਰਫ ਮੂੰਹ ਮੱਥਾ ਵੇਖ ਕੇ ਕੁਛ ਨਹੀਂ ਅੰਦਾਜ਼ਾ ਲਾ ਸਕਦਾ। ਅਗਰ ਅੰਦਾਜ਼ਾ ਲਾਉਂਦਾ ਹੈ ਤਾਂ ਕਰੀਬਨ ਕਰੀਬਨ ਗਲਤ ਆਉਂਦੇ ਨੇ ਅਕਸਰ ਲੋਕਾਂ ਦੇ, ਕਿਉਂਕਿ ਮਨੁੱਖ ਪ੍ਰਗਟ ਆਉਂਦਾ ਹੈ ਆਪਣੇ ਬੋਲਾਂ ਰਾਹੀਂ। ਪ੍ਰਾਚੀਨ ਰਿਸ਼ੀ ਮੁਨੀਆਂ ਦੇ ਕਥਨ ਅਨੁਸਾਰ 99%, ਅੱਜ ਦੇ ਧਾਰਮਿਕ ਆਚਾਰੀਆ ਕਹਿੰਦੇ ਨੇ 90% ਮਨੁੱਖ ਆਪਣੇ ਬੋਲਾਂ ਰਾਹੀਂ ਪ੍ਰਗਟ ਆਉਂਦਾ ਹੈ, ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਪਰਮਾਤਮਾ ਤੇ ਸ਼ਬਦ ਰਾਹੀਂ ਪ੍ਰਗਟ ਆਉਂਦਾ, ਪੂਰੇ ਦਾ ਪੂਰਾ ਬੋਲਾਂ ਰਾਹੀਂ ਪ੍ਰਗਟ ਆਉਂਦਾ। ਤੇ ਜੇ ਬੋਲਾਂ ਰਾਹੀਂ ਪ੍ਰਗਟ ਆਉਂਦਾ ਹੈ ਤਾਂ ਬੋਲ ਕਿਹੜੇ ਨੇ? ਠਾਕੁਰ ਹਮਰਾ ਸਦ ਬੋਲੰਦਾ, ਕਦੀ ਚੁੱਪ ਨਹੀਂ ਕਰਦਾ। ਥੋੜਾ ਜਿਹਾ ਮੈਂ ਅਰਜ਼ ਕਰਦੇ ਹਾਂ, ਈਸ਼ਵਰ ਇੱਕ ਵਿਆਪਕ ਸ਼ਕਤੀ ਹੈ, ਸਤਾ ਹੈ। ਅਗਰ ਉਹ ਵਿਆਪਕ ਹੈ ਤਾਂ ਫਿਰ ਉਸਦਾ ਵੇਖਣਾ ਵਿਆਪਕ ਹੈ। ਇਹ ਨਹੀਂ ਕਿ ਗੁਰਦੁਆਰੇ 'ਚ ਵੇਖਦਾ ਹੈ ਤੇ ਮਸਜਿਦ ਵਿੱਚ ਨਹੀਂ ਦੇਖਦਾ, ਮਸਜਿਦ ਵਿੱਚ ਦੇਖਦਾ ਹੈ ਤੇ ਮੰਦਰ ਵਿੱਚ ਨਹੀਂ ਦੇਖਦਾ, ਮੰਦਰ ਵਿੱਚ ਦੇਖਦਾ ਹੈ ਤੇ ਬਾਜ਼ਾਰ ਵਿੱਚ ਨਹੀਂ ਦੇਖਦਾ, ਜਾਂ ਬਾਜ਼ਾਰ ਵਿੱਚ ਦੇਖਦਾ ਹੈ ਤੇ ਘਰ ਬਾਰ ਵਿੱਚ ਨਹੀਂ ਦੇਖਦਾ। ਵਿਆਪਕ ਹੈ, ਉਸਦਾ ਵੇਖਣਾ ਵਿਆਪਕ ਹੈ, ਉਹਦੀ ਨਜ਼ਰਾਂ ਦੇ ਥੱਲੇ ਸਭ ਕੁਛ ਹੈ। ਵੇਖਤ ਸੁਨਤ ਸਦਾ ਹੈ ਸੰਗੇ, ਸਰੀਰ ਮੇਰਾ ਸੀਮਤ ਹੈ, ਤੁਹਾਡਾ ਸੀਮਤ ਹੈ। ਤੁਸੀਂ ਆਪਣੇ ਘਰ ਤੋਂ ਇੱਥੇ ਆਇਓ ਤਾਂ ਹੁਣ ਮੈਂ ਅਰਜ਼ ਕਰਾਂ, ਅੱਖਾਂ ਇੱਥੇ ਕੰਮ ਕਰ ਰਹੀਆਂ ਨੇ, ਜਾਂ ਕੋਈ ਮਨੁੱਖ ਇਹ ਤਾਂ ਨਹੀਂ ਆਖ ਸਕਦਾ ਮੈਂ ਇੱਥੇ ਆ ਗਿਆ, ਮੈਂ ਆਪਣੀ ਅੱਖਾਂ ਘਰ ਛੋੜ ਕੇ ਆ ਗਿਆ, ਆਪਣੇ ਕਮਰੇ ਦੇ ਵਿੱਚ ਰੱਖ ਕੇ ਆ ਗਿਆ। ਮਨੁੱਖ ਜਿੱਥੇ ਹੈ ਉਹਦੀਆਂ ਅੱਖਾਂ ਉੱਥੇ ਨੇ। ਅਗਰ ਈਸ਼ਵਰ ਵਿਆਪਕ ਹੈ ਤਾਂ ਫਿਰ ਉਸਦੀਆਂ ਅੱਖਾਂ ਵਿਆਪਕ ਨੇ, ਅਗਰ ਈਸ਼ਵਰ ਵਿਆਪਕ ਹੈ ਤਾਂ ਫਿਰ ਉਸਦਾ ਬੋਲ ਵਿਆਪਕ ਹੈ, ਅਗਰ ਈਸ਼ਵਰ ਵਿਆਪਕ ਹੈ ਤਾਂ ਉਸਦੀ ਸਰੋਤ ਵਿਆਪਕ ਹੈ, ਉਹਦਾ ਸੁਣਨਾ ਵੀ ਵਿਆਪਕ ਹੈ। ਇਹ ਨਹੀਂ ਕਿ ਇੱਕ ਥਾਂ ਤੇ ਸੁਣਦਾ ਪਿਆ ਤਾਂ ਫਿਰ ਜਿਸ ਥਾਂ ਤੇ ਸੁਣਦਾ ਪਿਆ ਉੱਥੇ ਹੀ ਹੈ ਰੱਬ, ਬਾਕੀ ਥਾਵਾਂ ਤੇ ਨਹੀਂ ਹੈ। ਫਿਰ ਜਿੱਥੇ ਉਹ ਵੇਖਦਾ ਪਿਆ ਉੱਥੇ ਹੀ ਹੈ, ਬਾਕੀ ਥਾਵਾਂ ਤੇ ਨਹੀਂ ਹੈ। ਜੈਸੇ ਮਨੁੱਖ ਬਾਰੇ ਕਹਿ ਸਕਦੇ ਹਾਂ, ਜਿੱਥੇ ਇਸ ਨੂੰ ਸੁਣਾਈ ਦੇ ਰਿਹਾ ਬਸ ਇਹ ਮਨੁੱਖ ਉੱਥੇ ਹੀ ਹੈ, ਇਸ ਤੋਂ ਇਲਾਵਾ ਹੋਰ ਕਿਧਰੇ ਵੀ ਨਹੀਂ ਹੈ। ਜਿੱਥੇ ਵੇਖਦਾ ਪਿਆ ਹੈ ਬਸ ਉੱਥੇ ਹੀ ਹੈ, ਇਸ ਤੋਂ ਇਲਾਵਾ ਹੋਰ ਕਿਧਰੇ ਵੀ ਨਹੀਂ ਹੈ। ਗਿਆਨ ਇੰਦਰੇ ਮਨੁੱਖ ਦੇ ਕੋਲ ਬੜੇ ਸੀਮਤ ਨੇ, ਕਿਉਂਕਿ ਮਨੁੱਖ ਆਪ ਸੀਮਤ ਹੈ, ਇਹਦਾ ਕਦ ਬੁੱਤ ਨਾਪਿਆ ਜਾ ਸਕਦਾ, ਇਸਦੀ ਸਾਰੀ ਸ਼ਕਤੀ ਨਾਪੀ ਜਾ ਸਕਦੀ ਹੈ। ਵਿਚਾਰਕ ਤੇ ਐਸਾ ਕਹਿੰਦੇ ਨੇ, ਮਨੁੱਖ ਦੀ ਵਿਚਾਰ ਸ਼ਕਤੀ ਨੂੰ ਵੀ ਨਾਪਿਆ ਜਾ ਸਕਦਾ, ਸੋਚ ਸ਼ਕਤੀ ਨੂੰ ਵੀ ਨਾਪਿਆ ਜਾ ਸਕਦਾ, ਕਿਤਨਾ ਕੁ ਸੋਚ ਸਕਦਾ, ਕਿਤਨਾ ਕੁ ਵਿਚਾਰ ਸਕਦਾ, ਇਹਦੇ ਵਿਚਾਰ ਕਿੱਥੇ ਤੱਕ ਜਾ ਸਕਦੇ ਨੇ। ਆਖਿਰ ਮਨੁੱਖ ਥੱਕਦਾ ਹੈ, ਟੁੱਟਦਾ ਹੈ, ਇੱਕ ਸਾਇੰਟਿਸਟ ਵੀ ਖੋਜ ਕਰ ਕਰਕੇ ਥੱਕਦਾ ਹੈ,
ਤੇ ਥਕਾਵਟ ਇਸ ਗੱਲ ਦਾ ਸਬੂਤ ਹੈ। ਹੁਣ ਮੈਂ ਅੱਗੇ ਕੰਮ ਨਹੀਂ ਕਰਦਾ।